ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਉਣ ਵਾਲੇ ਸਤੀਸ਼ ਕੌਲ, ਜਿਨ੍ਹਾਂ ਨੇ 100 ਤੋਂ ਵੱਧ ਫਿਲਮਾਂ ਵਿੱਚ ਕੰਮ ਕੀਤਾ ਹੈ, ਅੱਜ ਦਰ ਬਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹਨ। ਲੰਬੀ ਬਿਮਾਰੀ ਦੇ ਚਲਦਿਆਂ ਉਹਨਾਂ ਨੂੰ ਲੁਧਿਆਣਾ ਦੇ ਇੱਕ ਬਿਰਧ ਆਸ਼ਰਮ 'ਚ ਰੱਖਿਆ ਗਿਆ ਸੀ, ਜਿੱਥੇ ਉਹਨਾਂ ਦੀ ਇੱਕ ਫੈਨ ਸਤਿਆ ਦੇਵੀ ਨੇ ਉਹਨਾਂ ਦੀ ਹਾਲਤ ਨੂੰ ਵੇਖਦਿਆਂ ਉਹਨਾਂ ਨੂੰ ਆਪਣੇ ਘਰ ਲੈ ਗਈ ਅਤੇ ਦੇਖਭਾਲ ਕਰਨ ਲੱਗੀ। ਇਸ ਬਾਬਤ ਜਦ ਸਤੀਸ਼ ਕੌਲ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਾਫੀ ਲੰਬੇ ਅਰਸੇ ਤੋਂ ਉਹ ਫਿਲਮ ਇੰਡਸਟਰੀ ਵਿੱਚ ਕੰਮ ਕਰਦੇ ਰਹੇ ਨੇ। ਅੱਜ ਹਾਲਾਤ ਖਰਾਬ ਹੋਣ ਦੇ ਚਲਦਿਆਂ ਉਹਨਾਂ ਨੇ ਸਰਕਾਰ ਅਤੇ ਕਈ ਫਿਲਮੀ ਅਦਾਕਾਰਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ। ਉਹਨਾਂ ਕਿਹਾ ਕਿ ਹਾਲਾਂਕਿ ਕੁਝ ਚੁਣਿੰਦਾ ਫਿਲਮੀ ਅਦਾਕਾਰਾਂ ਵੱਲੋਂ ਉਹਨਾਂ ਨੂੰ ਮਦਦ ਦਿੱਤੀ ਜਾਂਦੀ ਹੈ, ਪਰ ਉਹ ਵੀ ਗੁਜ਼ਾਰੇ ਲਾਇਕ ਨਹੀਂ ਹੈ। ਉਹਨਾਂ ਕਿਹਾ ਕਿ ਜੋ ਪੈਨਸ਼ਨ ਮਿਲਦੀ ਸੀ ਉਹ ਵੀ ਅੱਜ ਕੱਲ੍ਹ ਨਹੀਂ ਮਿਲ ਰਹੀ। ਛੱਤ ਨਹੀਂ ਹੈਗੀ ਆਪਣੀ, ਦਵਾਈ ਦਾਰੂ ਵਾਸਤੇ ਪੈਸੇ ਨਹੀਂ ਹੈਗੇ ਨੇ, ਕਿੱਥੇ ਜਾਣ ਲਈ ਪੈਸੇ ਨਹੀਂ ਹੈਗੇ ਨੇ, ਆਪਣੀ ਛੱਤ ਨਹੀਂ ਹੈਗੀ, ਔਰ ਬਹੁਤ ਤਕਲੀਫਾਂ ਹੈਗੀ। ਹੋਸਪਿਟਲ ਜਾਣਾ ਹੁੰਦਾ, ਉਹਦੇ ਵਾਸਤੇ ਵਾਹਨ ਨਹੀਂ ਹੈਗਾ। ਔਰ ਮੈਂ ਇੱਕ ਮਾਨਣੀ ਸੱਤਿਆ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ, ਔਰ ਇੱਕ ਬੰਦਾ ਜਿਹਨੇ ਸ਼੍ਰੀ ਲਖਬੀਰ ਸਿੰਘ ਲੱਕੀ ਮੈਨੂੰ ਆਪਣੇ ਘਰ ਲਾਏ ਨੇ, ਉਹ ਵੀ ਕਿਵੇਂ ਦੇ ਰੱਖਣਗੇ, ਉਹਨਾਂ ਦੀ ਆਪਣੀ ਔਲਾਦ ਹੈ, ਉਹਨਾਂ ਦਾ ਵੀ ਆਪਣਾ ਖਰਚਾ, ਉਹ ਵੀ ਤੰਗ ਆ ਜਾਣਗੇ ਵਿਚਾਰੇ। ਮੈਂ ਚਾਹੁੰਦਾ ਕਿ ਮੇਰੀ ਆਪਣੀ ਛੱਤ ਹੋਏ ਜਿੱਥੇ ਮੈਂ ਚੈਨ ਦੀ ਜ਼ਿੰਦਗੀ ਜੀ ਸਕਾਂ। ਨਹੀਂ, ਕੋਈ ਗੌਰਮੈਂਟ ਤੋਂ ਕੋਈ ਮਦਦ ਨਹੀਂ ਮਿਲਦੀ ਮੈਨੂੰ। ਹਿੰਦੀ 'ਚ ਮੈਂ ਧਰਮ ਜੀ ਨਾਲ ਕੀਤਾ ਕੰਮ, ਵਿਨੋਦ ਖੰਨਾ ਜੀ ਨਾਲ ਕੀਤਾ, ਸ਼ਾਹਰੁਖ ਖਾਨ ਜੀ ਨਾਲ ਕੰਮ ਕੀਤਾ, ਗੋਵਿੰਦਾ ਜੀ ਨਾਲ ਕੰਮ ਕੀਤਾ, ਮੈਂ ਦੇਵ ਸਾਹਿਬ ਨਾਲ ਕੰਮ ਕੀਤਾ। ਨਹੀਂ, ਉਹਨਾਂ ਨੂੰ ਪਤਾ ਹੀ ਨਹੀਂ ਮੈਂ ਕਿੱਥੇ ਹੈਗਾ। ਉਹਨਾਂ ਦੀ ਮੂੰਹ ਬੋਲੀ ਭੈਣ ਸਤਿਆ ਦੇਵੀ ਨੇ ਕਿਹਾ ਕਿ ਉਹ ਉਹਨਾਂ ਦੀ ਫੈਨ ਰਹੀ ਹੈ ਅਤੇ ਜਦ ਉਸ ਨੂੰ ਪਤਾ ਚੱਲਿਆ ਕਿ ਉਹ ਬਿਮਾਰ ਹਨ ਤਾਂ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਹ ਉਹਨਾਂ ਨੂੰ ਆਪਣੇ ਘਰ ਲਿਆਈ ਅਤੇ ਉਹਨਾਂ ਦੀ ਦੇਖਭਾਲ ਕਰ ਰਹੀ ਹੈ। ਸਤੀਸ਼ ਕੌਲ ਜੀ ਦੀ ਅੱਛੀ ਤੋਂ ਅੱਛੀ ਮਦਦ ਹੋਵੇ, ਇਸ ਵਕਤ ਬੜੀ ਪਰੇਸ਼ਾਨੀ ਵਿੱਚ ਜੂਝ ਰਹੇ ਹਾਂ, ਔਰ ਮੈਂ ਖੁਦ ਵੀ ਬੜੀ ਪਰੇਸ਼ਾਨ ਹਾਂ। ਸੇਵਾ ਕਰਦੀ ਕਰਦੀ ਮੈਂ ਆਪ ਥੱਕ ਗਈ ਹਾਂ, ਲੇਕਿਨ ਉਧਰੋਂ ਫਾਈਨੈਂਸ਼ਲੀ ਹੈਲਪ ਕਿਧਰੋਂ ਵੀ ਨਹੀਂ ਹੋ ਰਹੀ, ਕਿਉਂਕਿ ਹਰ ਚੀਜ਼ ਜ਼ਰੂਰਤਾਂ ਤੁਹਾਨੂੰ ਪਤਾ ਜ਼ਿੰਦਗੀ ਵਿੱਚ ਬਹੁਤ ਹੁੰਦੀਆਂ ਨੇ, ਕੋਈ ਜ਼ਰੂਰਤ ਪੂਰੀ ਨਹੀਂ ਹੋ ਰਹੀ, ਮੈਡੀਸਿਨ ਦੀ ਵੀ ਬੜੀ ਲੋੜ ਹੁੰਦੀ ਹੈ, ਮੈਨੂੰ ਖੁਦ ਨੂੰ ਵੀ ਲੋੜ ਹੁੰਦੀ ਹੈ, ਔਰ ਸਤੀਸ਼ ਕੌਲ ਜੀ ਨੂੰ ਵੀ ਬੜੀ ਜ਼ਰੂਰਤ ਹੁੰਦੀ ਹੈ, ਲੇਕਿਨ ਸਾਡੀ ਕੋਈ ਸੁਣਵਾਈ ਨਹੀਂ ਕਰ ਰਿਹਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।